दोस्तों प्रोसेसिंग टाइम नू लेके गल करांगे। प्रोसेसिंग टाइम एदां दा टॉपिक है जो हर महीने दो महीने बाद चेंज हुंदा रहिंदा, क्योंकि हर एक कैटागरी दा जिहड़ा प्रोसेसिंग टाइम है उहदे विच भी हर एक दो महीने बाद चेंजेस हुंदी है। साडी यही कोशिश रहिंदी है कि एक्यूरेट प्रोसेसिंग टाइम हुण चल रहा किस कैटागरी दे विच किन्ना टाइम लग रहा उहदी डिटेल तुहाडे तक लैके आईए। हुण जो भी डिटेल जो भी इनफॉर्मेशन असीं तुहानू दिंदे आ उह जरूरी नहीं है भी हर एक एप्लीकेशन दे उपर एप्लीकेबल होवे। ਅਸੀਂ ਤੁਹਾਨੂੰ ਜ਼ਿਆਦਾਤਰ ਐਪਲੀਕੇਸ਼ਨ 10 ਦੇ ਵਿੱਚ ਹੁਣ 7 ਐਪਲੀਕੇਸ਼ਨ ਤੇ ਕਿੰਨਾ ਪ੍ਰੋਸੈਸਿੰਗ ਟਾਈਮ ਲੱਗ ਰਿਹਾ ਅਸੀਂ ਉਸ ਦੀ ਡਿਟੇਲ ਤੁਹਾਨੂੰ ਦੇ ਸਕਦੇ ਹਾਂ, ਬਟ ਫਿਰ ਵੀ 3 ਐਪਲੀਕੇਸ਼ਨ ਜਿਹੜੀਆਂ ਪਿੱਛੇ ਰਹਿ ਜਾਂਦੀਆਂ। ਇੱਕ ਐਗਜ਼ਾਮਪਲ ਹੈ ਵੀ ਹਰ ਇੱਕ ਐਪਲੀਕੇਸ਼ਨ ਦੇ ਉੱਪਰ ਇਹ ਚੀਜ਼ ਐਪਲੀਕੇਬਲ ਨਹੀਂ ਹੁੰਦੀ। ਦੂਸਰੀ ਗੱਲ ਕਰੀਏ ਪ੍ਰੋਸੈਸਿੰਗ ਟਾਈਮ, ਸਟੱਡੀ ਵੀਜ਼ਾ ਦੇ ਵਿੱਚ ਦੋ ਟਾਈਪ ਦਾ ਪ੍ਰੋਸੈਸਿੰਗ ਟਾਈਮ ਹੈ, ਇੱਕ ਐਸਟੀਐਸ ਕੈਟਾਗਰੀ ਦਾ ਇੱਕ ਨਾਨ ਐਸਟੀਐਸ ਕੈਟਾਗਰੀ ਦਾ। ਜਿਹੜੇ 6 ਈਚ ਜਾਂ ਉਸ ਤੋਂ ਉੱਪਰ ਜਿਨ੍ਹਾਂ ਦਾ ਆਇਲਸ ਦਾ ਸਕੋਰ ਹੈ ਯਾਨੀ ਜਿਹੜੇ ਐਸਟੀਐਸ ਕੈਟਾਗਰੀ ਵਾਲੇ ਸਟੂਡੈਂਟ ਹੈ ਉਹਨਾਂ ਦੇ ਲਈ ਪਿਛਲੇ ਦਸੰਬਰ ਤੋਂ ਹੀ ਬਹੁਤ ਚੰਗਾ ਸਮਾਂ ਚੱਲ ਰਿਹਾ। ਪ੍ਰੋਸੈਸਿੰਗ ਟਾਈਮ ਜਿਹੜਾ ਅਪ ਟੂ 25 ਡੇਜ਼, ਜ਼ਿਆਦਾਤਰ ਐਪਲੀਕੇਸ਼ਨ ਦਾ ਡਿਸੀਜਨ 15 ਦਿਨ 18 ਦਿਨ 20 ਦਿਨ ਦੇ ਵਿੱਚ ਆ ਰਿਹਾ, ਮਤਲਬ ਜਲਦੀ ਕਲੀਅਰ ਹੋ ਰਹੀਆਂ ਐਂਡ ਡਿਸੀਜਨ ਵੀ ਪੋਜ਼ਿਟਿਵ ਆ ਰਹੇ ਆ। ਕਾਫੀ ਐਪਲੀਕੇਸ਼ਨ 2021 ਦੀਆਂ ਜਾਂ 2022 ਦੀਆਂ ਜੋ ਸਟਕ ਹੋਈਆਂ ਸਨ ਉਹ ਹੁਣ ਕਲੀਅਰ ਹੋ ਰਹੀਆਂ। ਉੱਥੇ ਗੱਲ ਕਰੀਏ ਨੌਨ ਐਸਟੀਐਸ ਕੈਟਾਗਰੀ ਦੀ ਯਾਨੀ ਪੀਟੀਈ ਵਾਲੇ ਜਾਂ ਟੋਫਲ ਵਾਲੇ ਸਟੂਡੈਂਟ, ਉਹਨਾਂ ਦਾ ਵੀ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਸੇਮ ਹੀ ਹੈ, ਅਪ ਟੂ 1 ਮੰਥ ਆਪਾਂ ਕਹਿ ਸਕਦੇ ਹਾਂ, ਬਟ ਸਕਸੈਸ ਰੇਟ ਹਜੇ ਜ਼ਿਆਦਾ ਚੰਗਾ ਨਹੀਂ ਹੈ, ਰਿਫਿਊਜ਼ਲ ਜਿਹੜੀ ਐਪਲੀਕੇਸ਼ਨ ਨੂੰ ਮਿਲ ਰਹੀ ਹੈ। ਗੱਲ ਕਰੀਏ ਵਿਜ਼ਟਰ ਵੀਜ਼ਾ ਦੀ, ਵਿਜ਼ਟਰ ਵੀਜ਼ਾ 2022 ਦੇ ਵਿੱਚ ਕੋਈ ਚੰਗਾ ਰਿਸਪੋਂਸ ਵਿਜ਼ਟਰ ਵੀਜ਼ਾ ਵਾਲੇ ਐਪਲੀਕੈਂਟ ਨੂੰ ਨਹੀਂ ਮਿਲਿਆ। 30 ਨਵੰਬਰ 2022 ਤੱਕ ਹੀ ਇਹ ਜਿਹੜਾ ਟ੍ਰੈਂਡ ਰਿਹਾ, ਦਸੰਬਰ ਤੋਂ ਲੈ ਕੇ ਜਨਵਰੀ ਤੱਕ ਦੀ ਅਗਰ ਗੱਲ ਕਰੀਏ 31 ਦਿਨ ਤੁਸੀਂ ਦਸੰਬਰ ਦੇ ਲਗਾ ਸਕਦੇ ਹੋ ਅਤੇ 17-18 ਦਿਨ ਜਿਹੜੇ ਇਹ ਟੋਟਲ ਹੋ ਚੁੱਕੇ ਆ ਜਨਵਰੀ ਦੇ। ਵਿਜ਼ਟਰ ਵੀਜ਼ੇ ਦਾ ਜਿਹੜਾ ਟ੍ਰੈਂਡ ਆ ਅਤੇ ਪ੍ਰੋਸੈਸਿੰਗ ਟਾਈਮ ਆ ਦੋਨੋਂ ਇੰਪਰੂਵ ਹੋਏ ਆ, ਪ੍ਰੋਸੈਸਿੰਗ ਟਾਈਮ ਵੀ ਘਟਿਆ ਨਾਲ ਨਾਲ ਜਿਹੜਾ ਅਗਰ ਆਪਾਂ ਕਰੀਏ ਸਕਸੈਸ ਰੇਟ ਵੀ ਚੰਗਾ, ਕਾਫੀ ਐਪਲੀਕੇਸ਼ਨ ਜਿਹੜੇ ਡਿਸੀਜਨ ਉਹ ਪੋਜ਼ਿਟਿਵ ਆ ਰਹੇ ਆ। 2022 ਦੇ ਵਿੱਚ ਤਾਂ ਬਹੁਤ ਸਾਰੇ ਇੱਦਾਂ ਦੇ ਪੇਰੈਂਟਸ ਵੀ ਸਨ, ਹੁਣ ਸਭ ਤੋਂ ਸਟਰੋਂਗ ਪ੍ਰੋਫਾਈਲ ਪੇਰੈਂਟਸ ਦੀ ਮੰਨੀ ਜਾਂਦੀ ਹੈ ਜਿਨ੍ਹਾਂ ਦੇ ਬੱਚੇ ਜਾਂ ਤਾਂ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਦੇ ਉੱਪਰ ਹੈ ਜਾਂ ਵਰਕ ਪਰਮਿਟ ਦੇ ਉੱਪਰ ਹੈ ਜਾਂ ਆਪਾਂ ਕਹਿ ਦਈਏ ਪਰਮਾਨੈਂਟ ਨੇ, ਬਟ ਬਹੁਤ ਸਾਰੇ ਪੇਰੈਂਟਸ ਦਾ ਵੀ ਜਿਹੜਾ 2022 ਦੇ ਵਿੱਚ ਰਿਫਿਊਜ਼ ਵੀਜ਼ਾ ਹੋਇਆ, ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਜਾ ਕੇ ਦਸੰਬਰ ਉਸ ਤੋਂ ਬਾਅਦ ਜਨਵਰੀ ਵਿਜ਼ਟਰ ਵੀਜ਼ੇ ਦਾ ਪ੍ਰੋਸੈਸਿੰਗ ਟਾਈਮ ਐਂਡ ਸਕਸੈਸ ਰੇਟ ਦੋਨੋਂ ਇੰਪਰੂਵ ਹੋਏ ਆ। ਗੱਲ ਕਰੀਏ ਸਪਾਊਸ ਓਪਨ ਵਰਕ ਪਰਮਿਟ ਦੀ, ਇੱਕ ਗੋਲਡਨ ਏਰਾ ਚੱਲ ਰਿਹਾ ਸਪਾਊਸ ਓਪਨ ਵਰਕ ਪਰਮਿਟ ਵਾਲੇ ਐਪਲੀਕੈਂਟ ਦਾ, ਕਿਉਂਕਿ 2022 'ਚ ਹੀ ਬਹੁਤ ਚੰਗਾ ਡਿਸੀਜਨ ਸੀ, 2023 ਦੇ ਵਿੱਚ ਵੀ ਚੰਗਾ ਡਿਸੀਜਨ ਚੱਲ ਰਿਹਾ, ਕਿਵੇਂ ਕਿਸ ਕੋਈ ਮਰਜ਼ੀ ਰੀਜਨ ਲਾ ਸਕਦੇ ਹੋ, ਲੇਬਰ ਸ਼ਾਰਟੇਜ ਕੈਨੇਡਾ ਦੇ ਵਿੱਚ ਲਾ ਸਕਦੇ ਹੋ, ਬਟ ਡਿਸੀਜਨ ਬਹੁਤ ਚੰਗੇ ਆ ਸਪਾਊਸ ਓਪਨ ਵਰਕ ਪਰਮਿਟ ਦੇ। ਸਪਾਊਸ ਓਪਨ ਵਰਕ ਪਰਮਿਟ ਦੇ ਡਿਸੀਜਨ ਆ ਜ਼ਿਆਦਾਤਰ 1 ਮਹੀਨੇ ਦੇ ਵਿੱਚ ਐਪਲੀਕੈਂਟ ਅਪਰੂਵ ਹੋ ਰਹੇ ਆ ਐਂਡ ਅਗੇਨ ਅਪਰੂਵ ਹੋ ਰਹੇ ਆ, ਮਤਲਬ ਸਕਸੈਸ ਰੇਟ ਚੰਗਾ। ਸਪਾਊਸ ਓਪਨ ਵਰਕ ਪਰਮਿਟ ਦੇ ਜਿੰਨੇ ਵੀ ਐਪਲੀਕੈਂਟ ਜਿਨ੍ਹਾਂ ਦਾ ਸਪਾਊਸ ਜਨਵਰੀ 2023 ਦੇ ਵਿੱਚ ਕੈਨੇਡਾ 'ਚ ਆਪਣੀਆਂ ਕਲਾਸਿਸ ਸ਼ੁਰੂ ਕਰੂਗਾ ਉਹਨਾਂ ਨੂੰ ਬੇਨਤੀ ਹੈ ਟਾਈਮ ਸਿਰ ਆਪਣਾ ਕੇਸ ਅਪਲਾਈ ਕਰੋ ਤਾਂ ਜੋ ਜਿਹੜਾ ਹਾਲਾਤ ਚੰਗੇ ਹੈ, ਡਿਸੀਜ਼ਨ ਚੰਗੇ ਆ ਰਹੇ ਆ, ਸਮਾਂ ਘੱਟ ਲੱਗ ਰਿਹਾ, ਉਸ ਚੀਜ਼ ਦਾ ਬੈਨੀਫਿਟ ਤੁਸੀਂ ਲੈ ਸਕਦੇ ਹੋ। ਇੱਦਾਂ ਹੀ ਨਾ ਹੋਵੇ ਵੀ ਚਲੋ ਵਾਈਫ ਨੂੰ ਸੈਟਲ ਹੋਣ ਦੇ ਬਾਅਦ ਦੇ ਵਿੱਚ ਕੇਸ ਅਪਲਾਈ ਕਰੋ ਅਤੇ ਉਦੋਂ ਤੱਕ ਜਾਂਦਾ ਜਿਹੜਾ ਤੁਸੀਂ ਆਪਣਾ ਸਮਾਂ ਹੱਥਾਂ ਲਗਾਓ, ਫਿਰ 6-6 ਮਹੀਨੇ 8-8 ਮਹੀਨੇ ਜਦੋਂ ਲੱਗਦੇ ਆ ਤਾਂ ਫਿਰ ਵੇਲੇ ਨੂੰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਕਲੋਜ਼ ਵਰਕ ਪਰਮਿਟ ਦੀ ਗੱਲ ਕਰੀਏ, LMI ਬੇਸਡ ਕੋਈ ਵੀ ਵਰਕ ਪਰਮਿਟ ਹੈ ਉਹਦਾ ਸਕਸੈਸ ਰੇਟ ਬਹੁਤ ਚੰਗਾ। ਸਾਡੇ ਇੱਕ ਐਪਲੀਕੈਂਟ ਆ ਜਿਨ੍ਹਾਂ ਨੂੰ ਦਸੰਬਰ ਦੇ ਵਿੱਚੋਂ ਹਸਬੈਂਡ ਵਾਈਫ ਸੀ, ਉਹਨਾਂ ਦਾ ਦਸੰਬਰ ਦੇ ਵਿੱਚ 16 ਦਿਨਾਂ ਦੇ ਵਿੱਚ ਜਿਹੜਾ ਕਲੋਜ਼ ਵਰਕ ਪਰਮਿਟ ਅਪਰੂਵ ਹੋਇਆ। ਸੋ ਕਲੋਜ਼ ਵਰਕ ਪਰਮਿਟ ਦਾ ਵੀ ਜਿਹੜਾ ਰਿਜ਼ਲਟ ਹੈ ਬਹੁਤ ਚੰਗਾ ਆ ਰਿਹਾ, ਬਹੁਤ ਥੋੜ੍ਹੇ ਸਮੇਂ 'ਚ ਐਪਲੀਕੇਸ਼ਨਾਂ ਅਪਰੂਵ ਹੋ ਰਹੀਆਂ ਨੇ। ਧੰਨਵਾਦ।